ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਹਰਜੀਤ ਗਰੇਵਾਲ ਨੇ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਕਿਹਾ ਕਿ ਲੋਕਾਂ ਦੇ ਏਕੇ ਸਾਹਮਣੇ ਤਾਂ ਤਾਨਾਸ਼ਾਹ ਸਰਕਾਰ ਟਿਕ ਨਹੀਂ ਪਉਂਦੀਆਂ ਇਸ ਕਰਕੇ ਹੁਣ ਮੋਦੀ ਸਰਕਾਰ ਵੀ ਬਹੁਤਾ ਸਮਾਂ ਟਿਕ ਨਹੀਂ ਸਕੇਗੀ ਨਾਲ ਹੀ ਉਹਨਾਂ ਕਿਹਾ ਕਿ ਪੰਜਾਬੀ ਕਦੇ ਕਿਸੇ ਨਾਲ ਧੱਕਾ ਨਹੀਂ ਕਰਦੇ ਪਰ ਉਹ ਧੱਕਾ ਕਦੇ ਸਹਿੰਦੇ ਵੀ ਨਹੀਂ ਬਾਕੀ ਤੁਸੀਂ ਆਪ ਹੀ ਸੁਣ ਲਵੋ ਕੇਂਦਰ ਸਰਕਾਰ ਨੇ ਜੋ ਕੁਵਦੀਆਂ ਬਾਤ ਤੇ ਜੋ ਤਿੰਨ ਕਾਲੇ ਕਾਰਪੋਰਟ ਕਾਨੂੰਨ ਬਣਾਏ ਹਨ ਉਹ ਕਿਸਾਨਾਂ ਦੀ ਮੌਤੇ ਬਰੰਟ ਉਹਨਾਂ ਨੂੰ ਵਾਪਸ ਕਰਾਉਣ ਲਈ ਅੱਜ ਸਾਰਾ ਦੇਸ਼ ਕੇਂਦਰ ਸਰਕਾਰ ਦੇ ਹਾਕਮਾਂ ਵਿਰੁੱਧ ਇੱਕ ਮੰਚ ਦੇ ਇਕੱਠਾ ਇਹ ਕਾਲੇ ਤਿੰਨ ਕਾਨੂੰਨ కార్ਪੋਰੇਟ ਕਲਿਆਣ ਵਿਧਾਨ ਹੈ ਜਿੱਥੇ ਲੋਕ ਇਕੱਠੇ ਹੋ ਜਾਣ ਉੱਥੇ ਸਰਕਾਰਾਂ ਹਮੇਸ਼ਾ ਝੁਕ ਜਾਂਦੀਆਂ ਨੇ ਲੋਕਾਂ ਦੇ ਰੋਹ ਸਾਹਮਣੇ ਵੱਡੇ ਵੱਡੇ ਤਾਨਾਸਾਹੀ ਝੁਕ ਜਾਂਦੇ ਨੇ ਇਸ ਕਰਕੇ ਇਹਨਾਂ ਦੀਆਂ ਲਾਠੀਆਂ ਗੋਲੀਆਂ ਇਹਨਾਂ ਦੀਆਂ ਜੇਲਾਂ ਤੁਹਾਡੇ ਇੱਕੇ ਸਾਹਮਣੇ ਰੇਤ ਦੀਆਂ ਦੁਵਾਰਾਂ ਹੋ ਜਾਣਗੀਆਂ ਪੰਜਾਬ ਅਤੇ ਇਸ ਦੇ ਬਾਅਦ ਸਿੱਖ ਕਿਸੇ ਨਾ ਵਧੇ ਕੀ ਨਹੀਂ ਕਰਦੇ ਪਰ ਸੰਸਾਰ ਦੇ ਵੀ ਨਹੀਂ ਹਨ ਹਿੰਦ ਉਤੇ ਅੱਜ ਤੱਕ ਜਿੰਨੇ ਵੀ ਧਾਰਮੀਆਂ ਨੇ ਹਮਲੇ ਕੀਤੇ ਉਹਨਾਂ ਦਾ ਰਾਹ ਪੱਧਰਾ ਪੰਜਾਬ ਦੇ ਜਾਇਆਂ ਨਹੀਂ ਰੁਕਿਆ ਉਹਨਾਂ ਦੇ ਅਫਵਾੜਾ ਤਸਵੀਰ ਦੇ ਲਾਰਜ ਨੇ ਉਹਨਾਂ ਦੇ ਮੂੰਹ ਭੰਨੇ ਨੇ ਬਾਦਰ ਨਾਦਰ ਤੇ ਅਬਦਾਲੀ ਦੇ ਹਮਲਿਆਂ ਤੋਂ ਲੈ ਕੇ 1962 65 71 ਦੀਆਂ ਜੰਗਾਂ ਇਤਿਹਾਸ ਪੜਿਆ ਜਾ ਸਕਦਾ ਹੈ ਤੇ ਕਰਕੇ ਔਗਣਾ ਨਾਲ ਬਹਿ ਕੇ ਸਮਿਆਂ ਦੀ ਹਿੱਕ ਉੱਤੇ ਆਮ ਬੰਦੇ ਗੱਲਾਂ ਕੁਝ ਖਾਸ ਲਿਖੀ ਜਾਂਦੇ ਨੇ ਔਂਕੜਾਂ ਨੇ ਐਂਆ ਪਰ ਮੱਥੇ ਤੇ ਤਿਓੜੀ ਨਹੀਂ ਗੁਰੂ ਨਾਨਕ ਦੇ ਪੁੱਤ ਇਤੇ ਆਸ ਲਿਖੀ ਜਾਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ